ओ बदी जा और या आड़ा चाचा आ जा आ जा आ चाचा जी जितना अपने पैसे दे गया सी ना चाचा जी इतना कोई नहीं आया करार तो भी 2 महीने टप गए ओदे पैसे लैन वारी दा पीछे पीछे फिरदे रहंदे आ ते हुण पैसे देण भी नहीं आउंदा कोई मैनू पैसे देने आउंदे आ ना ओवी मैनू पैसे लैने आउंदे आ मैं जानांगा ते तू कर पुत्रा घरे रही अज मैं लै के आउणा पैसे पैसे धोके भी नहीं दिंदे सरदार जी मैं ना जी थोड़े पैसे अचानक देने आउंदा सीगा जी मेरे ना जी बेबे बीमार हो गई ओहदे इलाज कराउण लग गया मैं ओहदे सारे पैसे लग गए जी हुण मैं थोनू पैसे किथों लिया के दे बेबे दा ठीका बीमार हो गई मैनू भी लोड़ है पैसे दी मैनू भी पैसे चाहिदे आ सरदार जी मेरा तरस मन्नो जी मेरा तरस मन्नो हुण मैं ओहनू किथों पैसे लिया के दूंगा सरदार जी तुसीं टेंशन ना लो जी मैं थोड़ा ना पंजी मोड़ दूंगा जी टेंशन ना लो जी मैं हुण की करां जी मेरी मजबूरी हो गई जी मेरी मजबूरी समझो सरदार जी मैनू तां पैसे चाहिदे आ बई अज ही ਸਰਦਾਰ ਜੀ ਮੈਂ ਅੱਜ ਤੁਹਾਨੂੰ ਪੈਸੇ ਕਿੱਥੋਂ ਲੈ ਕੇ ਦੇਵਾਂ ਕਿਤੋਂ ਮਰਜ਼ੀ ਲੈ ਕੇ ਦੇ ਨਹੀਂ ਸਾਰੇ ਦੀਆਂ ਘਰੇ ਆ ਕੇ ਲੱਤਾਂ ਦੋੜੂਆਂ ਮੈਂ ਸਰਦਾਰ ਸਾਰੇ ਦੇ ਘਰੇ ਆ ਕੇ ਲੱਤਾਂ ਦੋੜੂ ਮੈਂ ਮੈਨੂੰ ਪੈਸੇ ਚਾਹੀਦੇ ਆ ਜਰਾ ਮੈਨੂੰ ਅੱਜ ਪੈਸੇ ਚਾਹੀਦੇ ਮੈਨੂੰ ਨਹੀਂ ਪਤਾ ਸਰਦਾਰ ਜੀ ਐਂ ਕਿਉਂ ਕਰਦੇ ਹੋ ਜੀ ਨਾ ਨਾ ਪੈਸੇ ਚਾਹੀਦੇ ਆ ਮੇਰੀ ਵੀ ਮਜਬੂਰੀ ਸਮਝੋ ਸਰਦਾਰ ਜੀ ਐਂ ਕਿਉਂ ਨਾ ਨਾ ਪਹਿਲਾਂ ਤਾਂ ਮੂੰਹ ਚੱਕ ਕੇ ਪੈਸੇ ਲੈ ਲੈਂਦੇ ਆ ਫਿਰ ਮੋੜਦੇ ਨਹੀਂ ਪੈਸੇ ਲੈ ਲੈਂਦੇ ਆ ਫਿਰ ਪੈਸੇ ਮੋੜਦੇ ਨਹੀਂ ਪੈਸੇ ਤਾਂ ਕਿਵੇਂ ਨਹੀਂ ਦਿੰਦਾ ਪੈਸੇ ਤਾਂ ਮੈਨੂੰ ਲੈਣੇ ਆਉਂਦੇ ਆ यार मैं हूँ पैसों का प्रबंध कितों करा यार जो मैं पैसे ना दिते मैं कुटनगे आयो रब्बा कितने बजाता वो मैं सरदार साहब को जाना यार मैं उ गरीबा की सुनते है उही मेरी सुन के मैं पूरी आस मैं सरदार साहब को जाना सरदार साहब कितने सरदार साहब अंदर आई बुला दिने बैठो जी ठीक है सरदार साहब बाहर आए जी छोटे वीर तेरी सारी कहानी का लग गया मैनू पता ਸਾਡੇ ਹੁੰਦਿਆਂ ਕਿਸੇ ਗਰੀਬ ਨਾਲ ਧੱਕਾ ਹੋ ਜੇ ਇਹ ਅਸੀਂ ਹੋਣ ਨਹੀਂ ਦਿੰਦੇ ਚਲੋ ਮੁੰਡੇ ਕੱਢੋ ਗੱਡੀ ਚੱਲ ਛੋਟੇ ਸਾਡੇ ਨਾਲ ਚੱਲ ਤੂੰ ਆ ਜਾ ਕੀ ਹਾਲ ਆ ਭਾਈ ਵਧੀਆ ਵਧੀਆ ਹੋਰ ਕੋਈ ਨਹੀਂ ਬਸ ਨਰਮਾ ਜਿਹਾ ਚਗਾਈ ਜਾਂਦੇ ਹੋਰ ਕਰਨਾ ਤਾਂ ਕੀ ਆਪਾਂ ਹਾਂ ਹਾਂ ਠੀਕ ਵਧੀਆ ਸਸਰੀਕਾਲ ਭਾਈ ਸਸਰੀਕਾਲ ਜੀ ਸਸਰੀਕਾਲ ਕਿਵੇਂ ਆਉਣਾ ਹੋਇਆ ਆਉਣਾ ਤਾਂ ਭਾਈ ਇਸ ਕਰਕੇ ਆਇਆ ਮੁੰਡੇ ਕਰਕੇ ਜਿਵੇਂ ਤੈਨੂੰ ਕੱਲ੍ਹ ਇਹਨੂੰ ਧਮਕੀ ਦੇ ਕੇ ਗਿਆ ਸੀ ਨਾ ਕੁੱਟ ਤੈਨੂੰ ਅਸੀਂ ਅੱਜ ਵੀ ਸਕਦੇ ਹਾਂ ਪਰ ਸਾਡਾ ਕੰਮ ਕੁੱਟਣਾ ਨਹੀਂ ਹੈਗਾ ਸਾਡਾ ਕੰਮ ਆ ਸਮਝਾਉਣਾ ਤੇਰੀ ਅੱਖਾਂ 'ਤੇ ਪੈਸਿਆਂ ਦੀ ਪੱਟੀ ਬੰਨੀ ਹੋਈ ਦਿਖੀ ਜਾਂਦੀ ਹੈ ਇਸ ਕਰਕੇ ਤੂੰ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ ਉਹ ਛੋਟੇ ਵੀਰ ਜਿੱਥੇ ਬੰਦਾ ਕੰਮ ਆ ਜਾਂਦਾ ਨਾ ਉੱਥੇ ਪੈਸਾ ਕੰਮ ਨਹੀਂ ਆਉਂਦਾ ਮਜਬੂਰੀ ਕਿਹੋ ਜਿਹੀ ਚੀਜ਼ ਹੈ ਜੇ ਅੱਜ ਇਸ ਗਰੀਬ ਮਾਤਰ 'ਤੇ ਮਜਬੂਰੀ ਪਈ ਹੈ ਨਾ ਕੱਲ੍ਹ ਨੂੰ ਤੇਰੇ 'ਤੇ ਵੀ ਮਜਬੂਰੀ ਪੈ ਸਕਦੀ ਹੈ ਸਭ ਕੁਛ ਪੈਸਾ ਨਹੀਂ ਹੁੰਦਾ ਪੈਸੇ ਦਾ ਇੰਨਾ ਹੰਕਾਰ ਵੀ ਨਹੀਂ ਕਰੀਦਾ ਹੁੰਦਾ ਨਾਲੇ ਭਾਈ ਮੈਨੂੰ ਲੈਕਚਰ ਨਾ ਸਰਾ ਮੈਨੂੰ ਮੇਰੇ ਪੈਸੇ ਚਾਹੀਦੇ ਨੇ ਪੈਸੇ ਦੇ ਮੇਰੇ ਪੈਸੇ ਚਾਹੀਦੇ ਨੇ ਪੈਸੇ
सोच ले हले भी ना सोच पैसे चाहिए ने पैसे चाहिए मैं तक कोई तेरे पैसे हक मांगदा है एदे नाल दुगने बद्दी होणगे एक गल होर सुन ले मेरी ध्यान नाल अज तो बाद जे किसी गरीब नाल धक्का कर लेना तू अपना जिम्मेदार आप होवेगा मेनू ना की चलो मुंडे चलिए हेलो हाँ जी अच्छा जी आए कि भाई जी चलो आना जी मैं ਬਾਈ ਇੱਕ ਗੱਲ ਦੱਸਦਾ ਮੈਂ ਪੈਸਾ ਤਾਂ ਆਉਣੀ ਜਾਣੀ ਚੀਜ਼ ਆ ਇਹ ਤਾਂ ਪਤਾ ਨਹੀਂ ਪਰ ਬੰਦੇ ਤੱਕ ਬੰਦੇ ਨੂੰ ਕਦੋਂ ਲੋੜ ਪੈ ਜੇ ਨਾ ਇਹਦੇ ਪਰਮਾਤਮਾ ਦੇ ਘਰ ਦਾ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਬਾਈ ਅੱਜ ਤੂੰ ਪੈਸੇ ਨੂੰ ਕੀ ਕਰਾਉਂਦਾ ਜੇ ਅੱਜ ਤੇਰਾ ਭਰਾ ਹੀ ਨਾ ਜਾਂਦਾ ਰਹਿੰਦਾ ਠੀਕ ਆ ਫਿਰ ਤਾਂ ਕੀ ਕਰਾਉਣਾ ਹਾਂ ਬਾਈ ਕਿਉਂਕਿ ਮੈਂ ਤੈਨੂੰ ਉਦੋਂ ਵੀ ਕਹਿ ਦੀ ਵੀ ਬਾਈ ਮੇਰੀ ਮਜਬੂਰੀ ਆ ਤੇ ਬਾਈ ਇਹ ਮੈਂ ਤੈਨੂੰ ਅੱਜ ਵੀ ਸਮਝਾਉਣਾ ਵੀ ਬਾਈ ਮਜਬੂਰੀ ਦਾ ਕੋਈ ਪਤਾ ਨਹੀਂ ਕਦੋਂ ਤੇ ਕਿਤੇ ਪੈ ਜੀ ਤਾਂ ਕਰਕੇ ਬਾਈ ਪੈਸੇ ਦਾ ਕਦੇ ਮਾਣ ਨਹੀਂ ਕਰਨਾ ਚਾਹੀਦਾ ਸਾਡੀਆਂ ਹੋਰ ਵੀਡੀਓਆਂ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ 'ਤੇ ਜ਼ਰੂਰ ਕਲਿੱਕ ਕਰੋ ਤਾਂ ਕਿ ਤੁਹਾਨੂੰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਥੈਂਕ ਯੂ